ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਤੁਹਾਡੇ ਨਾਲ ਹੈਂਡਵਰਕ ਦਾ ਜਿਹੜਾ ਡਿਜ਼ਾਈਨਰ ਪੀਸ ਸ਼ੇਅਰ ਕਰ ਰਹੇ ਹਾਂ। ਸੋ ਇਹ ਤੁਸੀਂ ਆਪਣੇ ਫੰਕਸ਼ਨ ਦੇ ਅਕੋਰਡਿੰਗ ਵੈਡਿੰਗ ਵੀਅਰ ਲਈ ਜਾਂ ਜਾਗੋ ਲਈ ਜਾਂ ਰਿਸੈਪਸ਼ਨ ਲਈ ਤੁਸੀਂ ਆਪਣੀ ਫੰਕਸ਼ਨ ਦੇ ਅਕੋਰਡਿੰਗ ਹੈ ਜਿਹੜਾ ਤਿਆਰ ਕਰਵਾ ਸਕਦੇ ਹੋ। ਕਲਰ ਚੋਇਸ ਆ ਜਿਹੜੀ ਆਪਣੀ ਪਸੰਦ ਦੇ ਅਕੋਰਡਿੰਗ ਹੈ ਜਿਹੜੀ ਰੈਡੀ ਕਰਵਾ ਸਕਦੇ ਹੋ। ਇਹ ਹੈਂਡਵਰਕ ਦੇ ਵਿੱਚ ਬਣੀ ਹੋਈ ਹੈ ਜੀ, ਪਿਓਰ ਸੈਮੀ। ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ, ਜੋ ਅਸੀਂ ਮੈਂਸ਼ਨ ਕਰਾਂਗੇ ਉਹ ਸੈਮੀ ਦੇ ਵਿੱਚ ਸਟੱਫ ਦੇ ਵਿੱਚ ਮੈਂਸ਼ਨ ਕਰਾਂਗੇ। ਅਗਰ ਤੁਸੀਂ ਪਿਓਰ ਦੇ ਵਿੱਚ ਜਾਣਾ ਚਾਹੋਗੇ ਤਾਂ ਤੁਹਾਨੂੰ ਪਿਓਰ ਦੀ ਪ੍ਰਾਈਜ਼ ਅਸੀਂ ਦੱਸ ਦਾਂਗੇ। ਸੋ ਇਹ ਜਿਵੇਂ ਹੈਗਾ ਜੀ, ਮਸਟਰਡ ਕਲਰ ਹੈਗਾ, ਸ਼ਰਟ ਫੁੱਲ ਹੈਵੀ ਹੈ। ਸੋ ਬਹੁਤ ਹੀ ਪਿਆਰਾ ਜਿਹੜਾ ਇਹ ਪੀਸ ਹੈ, ਔਰ ਇਹਦੇ ਜਿਸ ਤਰ੍ਹਾਂ ਬੈਲ ਬਾਜੂ ਬਣੀ ਹੋਈ ਹੈ ਇਸ ਤਰ੍ਹਾਂ ਇਸ ਤਰ੍ਹਾਂ ਬੈਲ ਬਾਜੂ ਹੈ ਜੀ ਇਹ, ਔਰ ਇਹ ਪਿੱਛੇ ਲਟਕਣ ਦਿੱਤੇ ਹੋਏ ਆ। ਸੋ ਇਹ ਬਹੁਤ ਹੀ ਪਿਆਰਾ ਪੀਸ ਆ ਜਿਹੜਾ ਬਣਿਆ ਹੋਇਆ। ਫੁੱਲ ਹੈਵੀ ਸ਼ਰਟ ਹੋ ਗਈ ਜੀ, ਗਰਾਰਾ ਸੂਟ ਹੈ ਇਹਦੇ ਨਾਲ, ਇਸ ਲਈ ਅਸੀਂ ਜਿਹੜੀ ਲੈਂਥ ਆ ਇਹਦੀ ਸ਼ਰਟ ਦੀ, ਸੋ ਬਹੁਤ ਹੀ ਘੱਟ ਹੈ ਉਹਨਾਂ ਦੇ ਅਕੋਰਡਿੰਗ। ਤੁਸੀਂ ਅਗਰ ਜੇ ਸ਼ਰਾਰਾ ਸੂਟ ਬਣਾਉਣਾ ਚਾਹੁੰਦੇ ਹੋ ਸਾਰਿਆਂ ਦੀ ਜਿਹੜੀ, ਉਹ ਵੀ ਬਣ ਜਾਏਗਾ। ਸੋ ਉਹਦੇ ਨਾਲ ਆ ਜਿਹੜੀ ਅਲੱਗ ਅਲੱਗ ਲੈਂਥ ਹੋ ਜਾਂਦੀ ਹੈ। ਸੋ ਇਹਦੇ ਨਾਲ ਜਿਵੇਂ ਅਸੀਂ ਫੁੱਲ ਪਾਕਿਸਤਾਨੀ ਹੈ ਜਿਹੜਾ ਸ਼ਰਾਰਾ ਕੀਤਾ ਹੋਇਆ, ਸਾਰੇ ਦੇ ਉੱਪਰ ਆ ਜਿਹੜਾ ਵਰਕ ਹੈ ਹੈਂਡਵਰਕ ਹੈ, ਵਿੱਚ ਬੂਟੀ ਹੈਗੀ ਹੈ ਇਸ ਤਰ੍ਹਾਂ ਸ਼ਰਾਰੇ ਦੇ ਉੱਪਰ ਵਰਕ ਹੈਗਾ ਜੀ। ਸੋ ਇਹ ਬਹੁਤ ਹੀ ਹੈਵੀ ਔਰ ਫੁੱਲ ਜਿਹੜਾ ਪਾਰਟੀ ਵੀਅਰ ਡਰੈਸ ਹੈਗੀ ਹੈ ਜੀ। ਅਗਰ ਤੁਸੀਂ ਇਹਨੂੰ ਵੀਅਰ ਕੀਤੇ ਹੋਏ ਨੂੰ ਦੇਖਣਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਮੇਰੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜਿਹੜਾ ਇੰਸਟਾ ਦਾ ਲਿੰਕ ਹੈ ਜੀ, ਯੂਨੀਕ ਕ੍ਰੀਏਸ਼ਨ ਬੁਟੀਕ ਦੇ ਨਾਮ 'ਤੇ, ਤੁਸੀਂ ਉੱਥੇ ਜਾ ਕੇ ਪੇਜ ਹੈ ਆਪਣਾ, ਉਸ 'ਤੇ ਤੁਸੀਂ ਇਹਦੀ ਰੀਲਸ ਨੂੰ ਫੋਲੋ ਕਰ ਸਕਦੇ ਹੋ। ਸੋ ਇਹਦਾ ਦੁਪੱਟਾ ਹੈਗਾ ਜੀ ਜਿਹੜਾ ਫੁੱਲ ਹੈਵੀ ਹੈ ਇਸ ਤਰ੍ਹਾਂ, ਜਿਹੜਾ ਇਹ ਫੁੱਲ ਹੈਵੀ ਪੱਲੇ ਹੈਗੇ ਆ ਜੀ ਇਸ ਤਰ੍ਹਾਂ, ਇਹ ਵਿੱਚ ਜਾਲ ਹੈਗਾ ਸਾਰਾ। ਦੂਸਰੀ ਸਾਈਡ ਆ ਜਿਹੜਾ ਦੁਪੱਟੇ ਦੇ ਪੱਲੇ ਆ ਜਿਹੜਾ ਹੈਵੀ ਆ। ਸੋ ਇਹ ਬਹੁਤ ਹੀ ਹੈਵੀ ਜਿਹੜਾ ਦੁਪੱਟਾ ਇਹਦੇ ਨਾਲ ਬਣ ਜਾਏਗਾ। ਇਸ ਤਰ੍ਹਾਂ ਪੂਰਾ ਜਿਹੜਾ ਇਹ ਸੂਟ ਹੈਗਾ ਫੁੱਲ ਹੈਵੀ ਸੂਟ ਹੈ ਜੀ, ਔਰ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ, ਬਹੁਤ ਹੀ ਨਾਈਸ ਹੈ, ਯੂਨੀਕ ਹੈ, ਡਿਫਰੈਂਟ ਹੈ ਸਾਰੇ ਕਲਰਸ ਨਾਲੋਂ। ਤੁਸੀਂ ਆਪਣੀ ਵੈਡਿੰਗ ਦੇ ਵਿੱਚ ਇੱਕ ਕਲਰ ਆ ਜਿਹੜਾ ਐਡ ਕਰ ਸਕਦੇ ਹੋ। ਸੋ ਜਿਵੇਂ ਅਸੀਂ ਦੁਪੱਟਾ ਬਹੁਤ ਜ਼ਿਆਦਾ ਹੈਵੀ ਹੈ, ਇਹਦੇ ਨਾਲ ਅਸੀਂ ਛੋਟੇ ਛੋਟੇ ਲਟਕਣ ਦਿੱਤੇ ਹੋਏ ਆ, ਜਿਵੇਂ ਕਿ ਸ਼ਰਟ ਦੇ ਉੱਪਰ ਅਸੀਂ ਥੋੜ੍ਹਾ ਇਹਨੂੰ ਹੈਵੀ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹਦੇ ਵਿੱਚ ਜਿਵੇਂ ਅਸੀਂ ਹਰ ਇੱਕ ਤਰ੍ਹਾਂ ਦਾ ਵਰਕ ਕੀਤਾ ਹੈਗਾ ਜੀ, ਸਿੱਪੀ ਹੈ, ਮੋਤੀ ਹੈ, ਕਲਰਫੁੱਲ ਸਿੱਪੀ ਹੈਗੀ ਹੈ। ਸੋ ਸਾਰੇ ਤਰ੍ਹਾਂ ਦਾ ਵਰਕ ਹੈਗਾ ਇਹਦੇ ਵਿੱਚ, ਦਬਕਾ ਹੈ ਜੀ। ਸੋ ਤੁਸੀਂ ਇਹ ਜਿਹੜੀ ਡਰੈਸ ਹੈਗੀ ਹੈ ਆਪਣੀ ਚੋਇਸ ਦੇ ਅਕੋਰਡਿੰਗ, ਆਪਣੇ ਕਲਰ ਚੋਇਸ ਦੇ ਅਕੋਰਡਿੰਗ ਹੈ ਜਿਹੜਾ ਤਿਆਰ ਕਰਵਾ ਸਕਦੇ ਹੋ, ਔਰ ਬਹੁਤ ਹੀ ਪਿਆਰੀ ਜੀ ਡਰੈਸ ਹੈ ਜੀ। ਔਰ ਇਹਦਾ ਫੁੱਲ ਜਿਹੜਾ ਰਿਵਿਊ ਦੇਖਣ ਲਈ, ਫੁੱਲ ਜੇ ਵੀਅਰ ਕਰਕੇ ਤੁਸੀਂ ਕਿਸ ਤਰ੍ਹਾਂ ਦੀ ਲੱਗਦੀ ਹੈਗੀ ਆ, ਤਾਂ ਤੁਸੀਂ ਆਪਣੇ ਇੰਸਟਾਗ੍ਰਾਮ ਆਈ ਡੀ 'ਤੇ ਯੂਨੀਕ ਕ੍ਰਿਏਸ਼ਨ ਬੁਟੀਕ ਦੇ ਨਾਮ 'ਤੇ ਜਿਹੜੀ ਆਈ ਡੀ ਹੈਗੀ ਆ ਉੱਥੇ ਜਾ